ਮਾਲਵਾ ਬੈਡਲੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਛੋਟੇ ਵੱਡੇ ਭੈਣ ਭਰਾਵ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਵਿਸ਼ੇਸ਼ ਰਣ ਵਾਲੀ ਆ ਅੱਜ ਆਪਾਂ ਇੱਕ ਨਵੀਂ ਭਰਤੀ ਦੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਜਿਹੜੀ ਕਿ ਸਪੈਸ਼ਲੀ ਤੌਰ ਤੇ 8ਵੀਂ ਤੇ 12ਵੀਂ ਪਾਸ ਵਾਲੇ ਕੈਂਡੀਡੇਟਸ ਲਈ ਹੈਗੀ ਹੈ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਕਿ ਪੀਪਰ ਨਹੀਂ ਦੇਣਾ ਚਾਹੁੰਦੇ ਉਹ ਸਿੱਧਾ ਡਾਇਰੈਕਟ ਇੰਟਰਵਿਊ ਦੇ ਕੇ ਭਰਤੀ ਹੋਣਾ ਚਾਹੁੰਦੇ ਨੇ ਸੋ ਉਹਨਾਂ ਲਈ ਇਹ ਭਰਤੀ ਜਿਹੜੀ ਨਿਕਲੀ ਹੈ ਪੰਜਾਬ ਦੀ ਸਰਕਾਰੀ ਨੌਕਰੀ ਹੈ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਬੇਨ ਕਿ ਤੁਹਾਨੂੰ ਪਤਾ ਹੈ ਇਹੋ ਜੀਆਂ ਨੌਕਰੀਆਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਬਹੁਤ ਸਾਰੀਆਂ ਨੌਕਰੀਆਂ ਇਹੋ ਜੀਆਂ ਹੁੰਦੀਆਂ ਜਿਨ੍ਹਾਂ ਵਿੱਚ ਪੇਪਰ ਦੇਣਾ ਲਾਜ਼ਮੀ ਹੁੰਦਾ ਹੈ ਤੇ 10ਵੀਂ ਤੇ 8ਵੀਂ ਬੇਸ ਤੇ ਤਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ ਤੇ ਏਜ ਫੈਕਟਰ ਵੀ ਇਸ ਭਰਤੀ ਵਿੱਚ ਬਹੁਤ ਜ਼ਿਆਦਾ ਮੰਗਿਆ ਗਿਆ ਸੋ ਇਸੇ ਕਰਕੇ ਅੱਜ ਦੀ ਵੀਡੀਓ ਨੂੰ ਸਕਿਪ ਬਿਲਕੁਲ ਨਹੀਂ ਕਰਨਾ ਲਾਈਕ ਕਰਿਓ ਇਸ ਵੀਡੀਓ ਨੂੰ ਤੇ ਸ਼ੇਅਰ ਕਰਿਓ ਸਾਰੇ ਹੀ ਉਹਨਾਂ ਭੈਣ ਭਰਾਵਾਂ ਤੱਕ ਜਿਨ੍ਹਾਂ ਨੂੰ ਲੋੜਮੰਦ ਹਨ ਇਸ ਭਰਤੀ ਨੂੰ ਲੈ ਕੇ ਤੇ ਬਾਕੀ ਕਮੈਂਟ ਸੈਕਸ਼ਨ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਜ਼ਰੀਏ ਪਰਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਾਰਨ ਕੀ ਹੈ ਬਹੁਤ ਸਾਰੇ ਇਹੋ ਜਿਹੇ ਭੈਣ ਭਰਾ ਵੀ ਹੁੰਦੇ ਆ ਜਿਨ੍ਹਾਂ ਤੋਂ ਪੜਿਆ ਨਹੀਂ ਜਾਂਦਾ ਉਹ ਸਿਰਫ ਚਾਹੁੰਦੇ ਨੇ ਵੀ ਅਸੀਂ ਜਲਦੀ ਤੋਂ ਜਲਦੀ ਸਰਕਾਰੀ ਨੌਕਰੀ ਲੱਗ ਜਾਈਏ ਠੀਕ ਹੈ ਜੀ ਕਿਉਂਕਿ ਇਹ ਨੌਕਰੀਆਂ ਜਿਹੜੀਆਂ ਹੈਗੀਆਂ ਇਹ ਬਹੁਤ ਹੀ ਬਹੁਤ ਘੱਟ ਨਿਕਲਦੀਆਂ ਤੇ ਜਦੋਂ ਨਿਕਲਦੀਆਂ ਤੇ ਇਸ ਦੇ ਵਿੱਚ ਵੱਧ ਗਿਣਤੀ ਦੇ ਵਿੱਚ ਫਾਰਮ ਭਰੇ ਜਾਂਦੇ ਨੇ ਸੋ ਜਿਹੜੇ ਕਈ ਵਾਰ ਭੈਣ ਭਰਾ ਐਲੀਜੀਬਲ ਹੁੰਦੇ ਨੇ ਤੇ ਇੱਕ ਵਾਰ ਭਰ ਕੇ ਜ਼ਰੂਰ ਦੇਖਣ ਕੀ ਕੀ ਪਿਆ ਤਾਂ ਉਹਨਾਂ ਦਾ ਲੱਕ ਹੋਵੇ ਤੇ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈ ਬਾਕੀ ਦੋਸਤੋ ਕਿਸੇ ਦੀ ਮਦਦ ਕਰਨ ਨਾਲ ਪ੍ਰਮਾਤਮਾ ਤੁਹਾਡੀ ਵੀ ਮਦਦ ਕਰਦਾ ਹੈ ਸੋ ਇਸੇ ਕਰਕੇ ਵੱਧ ਤੋਂ ਵੱਧ ਜਾਣਕਾਰੀ ਇਹ ਚੀਜ਼ਾਂ ਨਹੀਂ ਦਿਆ ਕਰੋ ਸੋ ਦੋਸਤੋ ਦੇਖੋ ਤਰਨਤਾਰ ਕੋਰਟ ਦੇ ਵਿੱਚ ਇੱਕ ਪੱਕੀ ਭਰਤੀ ਨਿਕਲੀ ਹੈ ਜਿਸ ਦੇ ਵਿੱਚ 9 ਪੋਸਟਾਂ ਮੰਗੀਆਂ ਗਈਆਂ ਨੇ ਠੀਕ ਹੈ ਪੀ ਐਨ ਤੇ ਪ੍ਰੋਸੈਸਰ ਸਰਵਰ ਦੀਆਂ ਮਤਲਬ ਹੈਲਪਰ ਦੀਆਂ ਯੋਗਤਾ 8ਵੀਂ ਤੇ 10ਵੀਂ ਪਾਸ ਮੰਗੀ ਗਈ ਹੈ ਠੀਕ ਹੈ ਜੀ ਜਨਰਲ ਕੈਟਾਗਰੀ 18 ਤੋਂ 35 ਤੱਕ ਤੇ ਐਸ ਸੀ ਬੀ ਸੀ ਜਾਂ ਐਸ ਡੀ ਇਕਨੋਮਿਕ ਵੀਕਰ ਸੈਕਸ਼ਨ ਲਈ 40 ਸਾਲ ਤੱਕ ਮੰਗ ਹੈਗੀ ਹੈ ਆਖਰੀ ਮਿਤੀ 20 ਫਰਵਰੀ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਠੀਕ ਹੈ 2024 ਤੇ ਇਹ ਇਹ ਜਿਹੜੀ ਭਰਤੀ ਹੈਗੀ ਇਹ ਆਫ ਭਰੇ ਜਾਣਗੇ ਠੀਕ ਹੈ ਜੀ ਥੱਲੇ ਜਿਹੜਾ ਐਡਰੈਸ ਦਿੱਤਾ ਉਸ ਦੇ ਵਿੱਚ ਤੁਸੀਂ ਭਰ ਕੇ ਭੇਜ ਦੇਣੇ ਆ online ਇਹ ਫਾਰਮ ਅਵੇਲੇਬਲ ਹੈਗਾ ਇਹਨਾਂ ਦੀ ਵੈਬਸਾਈਟ ਉਤੇ ਤੁਸੀਂ ਭਰ ਕੇ ਸਿਰਫ ਜਿਹੜਾ ਹੈਗਾ ਆਪਣਾ ਥੱਲੇ ਐਡਰੈਸ ਦਿੱਤਾ ਇਹਨੇ ਡਿਸਟ੍ਰਿਕਟ ਕੋਰਟ ਕੰਪਲੈਕਸ ਤਰ ਤਰ ਪਿੰਨ ਕੋਡ ਵਗੈਰਾ ਲਿਖ ਕੇ ਤੁਸੀਂ ਆਪਣਾ ਪੋਸਟ ਆਫਿਸ ਹੀ ਆ ਕਹਿੰਦਾ ਪਾਓ ਬਾਈ ਤੁਸੀਂ ਕੋਰੀਅਰ ਭੇਜ ਸਕਦੇ ਹੋ ਠੀਕ ਹੈ ਜੀ 28 ਫਰਵਰੀ ਤੋਂ ਬਾਅਦ ਸਿੱਧੀ ਇੰਟਰਵਿਊ ਹੋਣੀ ਹੈ ਠੀਕ ਹੈ ਜੀ ਇੰਟਰਵਿਊ ਦਾ ਵੇਰਵਾ ਮੈਂ ਤੁਹਾਨੂੰ ਅਗਲੀ ਸਲਾਈਡ ਤੇ ਦਿਨਾ ਵੀ ਕਿਵੇਂ ਕਿਵੇਂ ਤੁਹਾਡੀ ਇੰਟਰਵਿਊ ਹੋ ਸਕਦੀ ਹੈ ਤੇ ਠੀਕ ਹੈ ਜੀ ਸਾਰੀਆਂ ਡੇਟਸ ਲਿਖੀਆਂ ਪਰ ਕੋਈ ਨਹੀਂ ਹੋਵੇਗਾ ਠੀਕ ਹੈ ਜੀ ਮੁੰਡੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੀ ਨੇ ਠੀਕ ਹੈ ਜੀ ਬਹੁਤ ਹੀ ਵਧੀਆ ਭਰਤੀ ਹੈ ਨੋ ਪੋਸਟਾਂ ਹੈ ਤੇ ਤਰਨਤਾਰ ਵਾਲੀ ਸਾਈਡ ਹੈ ਜਿਹੜੇ ਭੈਣ ਭਰਾ ਕਹਿਣ ਦਾ ਭਾਵੇਂ ਵੀ ਚਾਹਦੇ ਨੇ ਵੀ ਅਸੀਂ ਮਾਝੇ ਇਲਾਕੇ ਵਿੱਚ ਨੌਕਰੀ ਕਰਨਾ ਚਾਹੁੰਦੇ ਆ ਠੀਕ ਹੈ ਜੀ ਤੇ ਇਹ ਪੋਸਟ ਲਈ ਕਹਿਣ ਦਾ ਭਾਵੇਂ ਬਹੁਤ ਸਾਰੇ ਬੱਚੇ ਵੀ ਅਪਲਾਈ ਕਰੇ ਕਿਉਂਕਿ ਸਰਕਾਰੀ ਨੌਕਰੀ ਹੈ ਪੱਕੀ ਨੌਕਰੀ ਹੈ ਲਗਭਗ 15 ਤੋਂ 20000 ਇਸ ਦੀ ਤਨਖਾਹ ਰਹੇਗੀ ਦੇਖੋ ਜੀ 15 20000 ਸਰਕਾਰੀ ਨੌਕਰੀ ਤੇ ਮਿਲਣਾ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਤੁਸੀਂ ਇਸ ਨੌਕਰੀ ਤੇ ਲੱਗ ਗਏ ਉਸ ਤੋਂ ਬਾਅਦ ਚਾਹੇ ਉੱਥ ਤੋਂ ਤਨਖਾਹ ਮਿਲੂਗੀ ਨਾਲ ਨਾਲ ਤੁਸੀਂ ਆਪਣੀ ਅੱਗੇ ਪੜ੍ਹਾਈ ਕਰਕੇ ਫਿਰ ਵਧੀਆ ਜੌਬ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਚਾਹਦੇ ਹੋ ਅਗਲੀ ਗੱਲ ਹੈ ਦੋਸਤੋ ਜਿਹੜੀ ਕਿ ਇਹਨਾਂ ਦੀ ਕੈਂਡਾਪਾਉ ਇੰਟਰਵਿਊ ਹੋਵੇਗੀ ਉਹ ਅਲਫਾਬੈਟਿਕਸ ਦੇ ਅਕੋਰਡਿੰਗ ਹੋਵੇਗੀ ਜੇ ਤੁਹਾਡਾ ਨਾਮ A ਤੋਂ J ਤੱਕ ਹੈਗਾ A ਤੋਂ ਲੈ ਕੇ J ਦੇ ਅੱਖਰ ਦੇ ਵਿੱਚ ਵਿੱਚ ਆਂਦਾ ਹੈ ਤੁਹਾਡਾ ਨਾਮ ਤਾਂ 28 ਤਰੀਕ 2 2024 ਨੂੰ ਹੋਵੇਗਾ K ਤੋਂ R ਵਾਲਿਆਂ ਦਾ 29 ਤੋਂ 2 2024 ਤੱਕ ਹੋਵੇਗਾ ਠੀਕ ਹੈ S ਤੋਂ ਲੈ ਕੇ Z ਵਿੱਚ ਨਾਮਾਂ ਦਾ 1 ਤੋਂ ਲੈ ਕੇ 3 ਤੱਕ ਬਾਕੀ ਦੋਸਤੋ ਪ੍ਰੋਸੈਸ ਜਿਹੜਾ ਹੈਗਾ ਪੀਐਨਜ਼ ਲਈ ਸੀ ਹੁਣ ਪ੍ਰੋਸੈਸਰ ਸਰਵਰ ਜਿਹੜੇ ਹੈਲਪਰ ਲਈ ਉਹਨਾਂ ਦਾ ਵੀ ਇਹੀ ਸਿਸਟਮ ਹੈ 5 ਨੂੰ ਭਾਦਦੀਆਂ ਸ਼ੁਰੂ ਹੋਣੀ ਹੈ A ਵਾਲਿਆਂ ਦੀ ਤੇ Z ਵਾਲੇ 7 ਤਰੀਕ ਤੱਕ ਚੱਲਣਗੇ ਠੀਕ ਹੈ ਜੀ ਸ ਪਰਤੀ ਭਰੀ ਹੈ ਤਾਂ ਇਸ ਅਕੋਰਡਿੰਗ ਤੋਂ ਅਰੇ ਇੰਟਰਵਿਊ ਹੋਣੀ ਹੈ ਬਾਕੀ ਦੋਸਤੋ ਕੋਈ ਵੀ ਛੋਟੀ ਮੋਟੀ ਨੌਕਰੀ ਹੋਵੇ ਅੱਜ ਕੱਲ ਲੈ ਲੈਣੀ ਚਾਹੀਦੀ ਹੈ ਕਾਰਨ ਇਹੀ ਹੈ ਵੀ ਜੇਕਰ ਤੁਸੀਂ ਉਹ ਨੌਕਰੀ ਵਿੱਚ ਸਥਿਰਤਾ ਪਾ ਲੈਣਿਓ ਮਤਲਬ ਕਹਿੰਦਾ ਵਾ ਲੱਗ ਜੰਨੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਨੌਕਰੀਆਂ ਵਿੱਚ ਤੁਸੀਂ ਆਪਣੇ ਪੈਸੇ ਤੇ ਤੁਸੀਂ ਲੱਗ ਸਕਦੇ ਹੋ ਇੰਡੀਪੈਂਡੈਂਟ ਹੋ ਸਕਦੇ ਹੋ ਘਰਦਿਆਂ ਤੋਂ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਆਪਾਂ 5-6000 ਤੇ ਪ੍ਰਾਈਵੇਟ ਕੰਮ ਕਰਦੇ ਆ ਪ੍ਰਾਈਵੇਟ ਕੰਮ ਕਰਨ ਨਾਲੋਂ ਸਰਕਾਰੀ ਕੰਮ ਕੀਤਾ ਚੰਗਾ ਚਲੋ ਜੇਕਰ ਕੋਈ ਚੀਜ਼ ਹੋਰ ਨਹੀਂ ਮਿਲਦੀ ਇਹ ਨੌਕਰੀ ਤੇ ਤੁਹਾਡੇ ਪੱਲੇ ਹੋਊਗੀ ਠੀਕ ਹੈ ਜੀ ਜਿਸ ਮਤਮਾਨ ਸਰਕਾਰ ਨੇ ਕਨਸਟੇਬਲ ਸਬ ਇਨਸਪੈਕਟਰ ਸਾਰੀਆਂ ਭਰਤੀਆਂ ਕਰਦੀਆਂ ਜੇਕਰ ਤੁਸੀਂ ਗ੍ਰੈਜੂਏਟਡ ਵੀ ਹੋ ਤਾਂ ਵੀ ਭਰ ਕੇ ਆਓ ਉਹ ਭਰਤੀ ਨੂੰ ਕਿਉਂਕਿ ਤੁਹਾਨੂੰ ਪਤਾ ਹੈ ਜੇਕਰ ਤੁਸੀਂ ਇਸ ਨੌਕਰੀ ਲੱਗ ਗਏ ਫਿਰ ਤੁਸੀਂ ਇੰਡੀਪੈਂਡੈਂਟ ਹੋ ਜਾਓਗੇ ਪੈਸੇ ਆਣ ਲੱਗ ਜਾਣਗੇ ਪੈਸੇ ਦੇ ਨਾਲ ਤੁਸੀਂ ਆਪਣੇ ਜਿਵੇਂ ਮਰਜ਼ੀ ਤੁਸੀਂ ਸਟੱਡੀਜ਼ ਕੰਟੀਨਿਊ ਕਰ ਸਕਦੇ ਹੋ ਆਪਣੀ ਐਸ਼ ਪ੍ਰਸਤ ਜ਼ਿੰਦਗੀ ਜੀ ਸਕਦੇ ਹੋ ਕਿਉਂਕਿ 15-20 ਹਜ਼ਾਰ ਤਨਖਾਹ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੇਕਰ ਤੁਸੀਂ ਨਹੀਂ ਵਿਆਹੇ ਹੋਏ ਤੇ ਸਿੰਗਲ ਹੋ ਠੀਕ ਹੈ ਇਸੇ ਕਰਕੇ ਤੁਹਾਨੂੰ ਕਹਿੰਦੇ ਆ ਵੀ ਹੁਣ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਮੌਕਾ ਮਿਲਦਾ ਉਸ ਨੂੰ ਗਵਾਉਣਾ ਨਹੀਂ ਚਾਹੀਦਾ ਉੱਤੇ ਕੇਂਦਪਾਖ ਖੜੇ ਉਤਰੋ ਤੇ ਦੋਸਤੋ ਜੇਕਰ ਇਹੋ ਜਿਹੀਆਂ ਜਾਣਕਾਰੀਆਂ ਹੋਰ ਚਾਹਣਿਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬਹੁਤ ਸਾਰੇ ਭੈਣ ਭਰਾਵਾਂ ਤੱਕ ਇਹ ਸ਼ੇਅਰ ਵੀ ਕਰਿਓ ਜਿਹੜੇ ਭੈਣ ਭਰਾ ਚਾਹਦੇ ਨੇ ਇਹ ਨੌਕਰੀਆਂ ਕਰਨਾ ਬਾਕੀ ਦੋਸਤੋ ਹਰ ਬੱਚੇ ਨੂੰ ਮੈਂ ਕਹਾਂਗਾ ਇਹ ਪਰੋ ਨੌਕਰੀ ਕਿਉਂਕਿ ਬਹੁਤ ਹੀ ਘੱਟ ਵਿਖਣ ਨੂੰ ਮਿਲਦੀਆਂ ਇਹੋ ਜਿਹੀਆਂ ਜੌਬਸ ਤੇ ਜਿਸ ਕਰਕੇ ਤੁਸੀਂ ਇੰਡੀਪੈਂਡੈਂਟ ਹੋ ਸਕਦੇ ਹੋ ਕਰਦੇ ਹੋ ਤਾਂ ਬਾਅਦ ਦੇ ਵਿੱਚ ਚਾਹੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਸਿਲੈਕਸ਼ਨ ਲੈ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਸੈਕਸ਼ਨ ਆਪਣਾ ਸੁਝਾਅ ਦਿਓ ਤੇ ਠੀਕ